ਚੰਡੀਗੜ੍ਹ ਦੇ ਵਿੱਚ ਮੋੜ ਪੰਜਾਬ ਦੇ ਹੱਕਾਂ ਤੇ ਡਾਕਾ ਵੱਜਿਆ ਹੈ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਸਿਹਤ ਵਿਭਾਗ ਵਿੱਚ ਨਵੀਆਂ ਨੌਕਰੀਆਂ ਲਈ ਨੋਟੀਫਿਕੇਸ਼ਨ ਕੱਢਿਆ ਜਿਸ ਨੂੰ ਲੈ ਕੇ ਸੀਨੀਅਰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਕੇਂਦਰ ਤੇ ਗੰਭੀਰ ਇਲਜ਼ਾਮ ਲਾਏ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਚੁੱਪੀ ਤੇ ਵੀ ਸਵਾਲ ਚੁੱਕੇ ਨੇ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਮੋੜ ਤੋਂ ਡਾਕਾ ਮਾਰਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਸਿਹਤ ਖੇਤਰ ਵਿੱਚ ਭਰਤੀ ਲਈ ਨੋਟੀਫਿਕੇਸ਼ਨ ਕੱਢ ਕੇ ਪੰਜਾਬ ਦੇ ਚੰਡੀਗੜ੍ਹ ਤੇ ਹੱਕ ਖੋਹੇ ਨੇ ਕੇਂਦਰ ਦੀ ਭਾਜਪਾ ਸਰਕਾਰ ਚੰਡੀਗੜ੍ਹ ਤੇ ਜਾਬ ਦਾ ਹੱਕ ਖਤਮ ਕਰਨ ਦੇ ਮੰਤਵ ਨਾਲ ਸੇਤ ਰੋਜ਼ਗਾਰ ਦੇ ਵਿੱਚ ਜਿੱਥੇ ਪਹਿਲਾਂ 60 40 ਦੇ ਅਨੁਪਾਤ ਨਾਲ ਭਰਤੀ ਹੁੰਦੀ ਸੀ ਉੱਥੇ ਪੰਜਾਬ ਦੇ ਨੌਜਵਾਨਾਂ ਨੂੰ 60% ਦੀ ਨੁਮਾਇੰਦਗੀ ਸੀ ਪਰ ਹੁਣ ਸਰਕਾਰ ਨੇ ਪੰਜਾਬ ਦੀ ਦਾਵੇਦਾਰੀ ਖਤਮ ਕਰਕੇ ਖੁਦ ਭਰਤੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਕਿ ਪੰਜਾਬ ਦੇ ਨਾਲ ਵੱਡਾ ਅਨਿਆਹ ਹੈ ਉਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਦੋ ਖਬਰਾਂ ਸਾਂਝੀਆਂ ਕਰਦੇ ਹੋਏ ਪੰਜਾਬ ਦੇ ਸਿੱਖਿਆ ਤੇ ਸੇਤ ਮਾਡਲ ਦੀ ਪੋਲ ਖੋਲਣ ਦਾ ਦਾਵਾ ਕੀਤਾ ਹੈ ਉਨਾ ਫਾਜ਼ਿਲਕਾ ਦੇ ਸਕੂਲ ਆਫ ਐਮਨੈਂਸ ਦੀ ਖਬਰ ਸਾਂਝੀ ਕੀਤੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਮਾਨ ਸਰਕਾਰ ਨੇ ਸਕੂਲ ਖੋਲਣ ਵੇਲੇ ਬੱਚਿਆਂ ਦੇ ਲਈ ਬੱਸਾਂ ਤੇ ਵੈਨਾਂ ਦਾ ਇੰਤਜ਼ਾਮ ਕੀਤਾ ਸੀ ਪਰ ਠੇਕੇ ਤੇ ਲਈਆਂ ਗਈਆਂ ਬੱਸਾਂ ਦੇ ਮਾਲਕਾਂ ਨੂੰ 5 ਮਹੀਨੇ ਤੋਂ ਪੈਸੇ ਨਹੀਂ ਮਿਲੇ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੇ ਬੱਸਾਂ ਹੀ ਬੰਦ ਕਰ ਦਿੱਤੀਆਂ ਖੈਰ ਨੇ ਤੰਜਕਸ ਤੇ ਲਿਖਿਆ ਕਿ ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ਵਿੱਚ ਕੀਤਾ ਬਦਲਾ ਤੁਹਾਡੇ ਸਾਹਮਣੇ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਡੇ ਵੱਡੇ ਦਾਅਵੇ ਕਰਦੇ ਨੇ ਸੀਐਮ ਭਗਵੰਤ ਮਾਨ ਦਾਅਵੇ ਕਰਦੇ ਨੇ ਕਿ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਹੋਈ ਹੈ ਪਰ ਕ੍ਰਾਂਤੀ ਤੁਹਾਡੇ ਸਾਹਮਣੇ ਹੈ ਇਸ ਤੋਂ ਲਾਵਾ ਖੈਰਾ ਨੇ ਲੁਧਿਆਣਾ ਦੇ ਇੱਕ ਸਰਕਾਰੀ ਹਸਪਤਾਲ ਦਾ ਇੱਕ ਬੱਚੇ ਦੀ ਮਾਂ ਵੱਲੋਂ ਸਾਂਝਾ ਕੀਤਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਾਰਡ ਦੇ ਵਿੱਚ ਚੂਹੇ ਘੁੰਮ ਰਹੇ ਨੇ ਮਰੀਜ਼ਾਂ ਦੇ ਵਿੱਚ ਚੂਹਿਆਂ ਦੀ ਪੂਰੀ ਦਹਿਸ਼ਤ ਹੈ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਇਹੀ ਦਿੱਲੀ ਦਾ ਹੈਲਥ케ਅਰ ਮਾਡਲ ਹੈ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ ਫੇਰ ਉਹ ਸਬੂਤ ਦਿਖਾਏ ਨੇ ਜਦੋਂ ਬਾਰਡਰ ਦੇ ਉੱਤੇ ਉਹ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੂਸਰੇ ਪਾਸਿਓਂ ਹਰਿਆਣਾ ਵਾਲੇ ਪਾਸਿਓਂ ਪੁਲਿਸ ਅਤੇ ਫੌਜ ਨੇ ਉਹਨਾਂ ਤੇ ਤਸ਼ੱਦਦ ਕੀਤਾ ਸੀ ਭਾਰਤੀ ਕਿਸਾਨ ਯੂਨੀਅਨ ਸ਼ੀਦ ਭਗਤ ਸਿੰਘ ਦੇ ਬੁਲਾਰੇ ਤੇਜਵੀਰ ਸਿੰਘ ਨੇ ਉਹ ਗੋਲੀਆਂ ਦੇ ਖੋਲ ਦਿਖਾਏ ਨੇ ਜੋ 13 ਤੇ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਪਾਣੀ ਦੀ ਟੈਂਕੀ ਦੇ ਕੋਲ ਖੜੇ ਟਰੈਕਟਰ ਦੇ ਟਾਇਰਾਂ ਤੇ ਟੈਂਕੀ 'ਚੋਂ ਬਰਾਮਦ ਹੋਈਆਂ ਨੇ ਤੇਜਵੀਰ ਸਿੰਘ ਨੇ ਦੋਸ਼ ਲਾਇਆ ਕਿ 13 ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਸਿੱਧੇ ਗੋਲੀਆਂ ਚਲਗੀਆਂ ਜਿਸ ਦਾ ਸਬੂਤ ਸ਼ੰਭੂ ਮੋਰਚੇ ਤੇ ਪੰਜਾਬ ਦੀ ਧਰਤੀ ਤੇ ਖੜੇ ਟਰੈਕਟਰ ਚੋਂ ਮਿਲਿਆ ਟਰੈਕਟਰ ਦੇ ਟਾਇਰਾਂ ਦੇ ਵਿੱਚੋਂ ਗੋਲੀਆਂ ਹੁਣ ਮਿਲੀਆਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਕੇ ਭਗਵੰਤ ਮਾਨ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ ਪਹਿਲਾਂ ਤੇਜਵੀਰ ਸਿੰਘ ਨੇ ਕੀ ਦਿਖਾਇਆ ਹੈ ਤੇ ਕਿਹਾ ਹੈ ਉਹ ਸੁਣ ਲੈਂਦੇ ਹਾਂ ਜਿਵੇਂ ਕਿ ਆਪ ਸਭ ਕੋ ਮਾਲੂਮ ਹੈ ਕਿ ਇਹ ਟਰੈਕਟਰ ਪਿਛਲੀ 21 ਤਾਰੀਖ ਤੋਂ ਟੈਂਕਰ ਕੇ ਸਾਥ ਅੱਗੇ ਖੜਾ ਥਾ ਜਹਾਂ ਪਰ ਪੁਲਿਸ ਨੇ ਔਰ ਫੋਰਸ ਨੇ ਬੈਰੀਕੇਸ਼ਨ ਕੀਤੀ ਹੋਈ ਹੈ तो आप देख सकते हैं कि इसके ऊपर पक्की जो बुलेट है उसके फायर किए गए हैं जो इसकी टैंकी का एक निशान है यहाँ पर देख सकते हैं और साथ में साथ ये टैरों के अंदर से जो हमने आज इसमें से बरामद किए गए है अब एक बात स्पष्ट है कि जो ट्रैक्टर था वो पंजाब की हदों के अंदर था जो पंजाब का जुडूसरी है यहाँ पे खड़ा था जो बैरिकेशन लगी हुई है वो पंजाब की जुडूसरी के अंदर लगी गई है तो सरकार ने सीधी गोलियां चलाने का काम जो किया है 21 तारीख को पहले 13 तारीख को जो जसकरण सिंह की बाजू की गोली आर पार हो चुकी थी तो खनौरी बॉर्डर पर शुभ सिंह शहीद हो चुका था जो पुलिस की गोली से हुआ और ये हमारे पास सबूत है जैसे सुप्रीम कोर्ट ने सरकार से जो फिर ਇਨਵੈਸਟੀਗੇਸ਼ਨ ਹੈਸਿਟ ਕੇ ਲਿਏ ਪੁਟਕਾਰ ਲਗਾਈ ਹੈ ਖੈਰਾ ਨੇ ਕਿਹਾ ਮੈਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਾ ਕਿ ਕਿਸਾਨਾਂ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇ ਜੇ ਇਹ ਸੱਚ ਹੈ ਤਾਂ ਉਹਨਾਂ ਪੁਲਿਸ ਅਧਿਕਾਰੀਆਂ ਖਿਲਾਫ ਐਫ ਆਈ ਆਰ ਦਰਜ ਹੋਵੇ ਜਿਨ੍ਹਾਂ ਨੂੰ ਸਰਹੱਦ ਤੇ ਤਾਇਨਾਤ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਕਮਜ਼ੋਰੀ ਹੀ ਹੈ ਜਿਸ ਦੀ ਵਜ੍ਹਾ ਕਰਕੇ ਹਰਿਆਣਾ ਪੁਲਿਸ ਸਾਡੀ ਸਰਹੱਦ ਵਿੱਚ ਦਾਖਲ ਹੋਈ ਹਰਿਆਣਾ ਤੇ ਪੰਜਾਬ ਦੇ ਸ਼ੰਭੂ ਟੈਖਨੋਰੀ ਬਾਰਡਰਾਂ ਤੇ ਕਿਸਾਨ ਪਿਛਲੇ 52 ਦਿਨਾਂ ਤੋਂ ਧਰਨਿਆਂ ਤੇ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਹੈ ਕਿਸਾਨਾਂ ਦੀ ਕਿਸਾਨਾਂ ਨੇ 13 ਤੇ 21 ਫਰਵਰੀ ਨੂੰ ਦਿੱਲੀ ਵੱਲ ਮ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਹੇ ਕਿਸਾਨਾਂ ਦਾ ਦੋਸ਼ ਹੈ ਕਿ ਹਰਿਆਣੇ ਦੀ ਫੋਰਸ ਵੱਲੋਂ ਪੈਲਟ ਗੰਦੇ ਨਾਲ-ਨਾਲ ਐਸਐਲਆਰ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ 21 ਫਰਵਰੀ ਨੂੰ ਖਨੌਰੀ ਸਰਹੱਦ ਤੇ ਇਸੇ ਗੋਲੀ ਨਾਲ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੀ ਗਈ ਸੀ ਤਖਨੌਰੀ ਬਾਰਡਰ ਤੇ ਹੀ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਕਥਿਤ ਤੌਰ ਤੇ ਕੁੱਟਮਾਰ ਕਾਰਨ ਗੰਭੀਰ ਹੋਏ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਾਉਣ ਦੇ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ਲਿਜਾਇਆ ਗਿਆ ਪੰਜਾਬ ਸਰਕਾਰ ਨੇ ਇਸ ਮਾਮਲੇ ਤੇ ਜਵਾਬ ਦੇਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸਮਾਂ ਮੰਗਿਆ ਸੀ ਇਹ ਵੀ ਕਿਹਾ ਸੀ ਕਿ ਪੁਲਿਸ ਨੂੰ ਘਟਨਾ ਵਾਲੀ ਥਾਂ ਦੀ ਜਾ ਕੇ ਪਛਾਣ ਕਰਨੀ ਪਵੇਗੀ ਕਿ ਉਹ ਹਰਿਆਣਾ ਵਿੱਚ ਹੈ ਜਾਂ ਪੰਜਾਬ ਵਿੱਚ ਤੇ ਇਹਦੇ ਵਿੱਚ ਪ੍ਰੀਤ ਇਹਦੇ ਲਈ ਪ੍ਰੀਤਪਾਲ ਨੂੰ ਲਿਜਾਉਣਾ ਉੱਥੇ ਲਿਜਾਣਾ ਪਊਗਾ ਇਸ ਤੇ ਪ੍ਰੀਤਪਾਲ ਸਿੰਘ ਦੇ ਵਕੀਲ ਨੇ ਅਦਾਲਤ ਪਾਸੋਂ ਮੰਗਿਆ ਕਿ ਕਿ ਜੇ ਸਰਕਾਰ ਉਹਨਾਂ ਨੂੰ ਐਂਬੂਲੈਂਸ ਮੁਹੱਈਆ ਕਰਵਾਉਂਦੀ ਹੈ ਤਾਂ ਪ੍ਰੀਤਪਾਲ ਨੂੰ ਘਟਨਾ ਵਾਲੀ ਥਾਂ ਤੇ ਲਿਜਾਇਆ ਜਾ ਸਕਦਾ ਹੈ ਡੀਐਸਪੀ ਪਾਤੜਾਂ ਦੀ ਅਗਵਾਈ ਦੇ ਵਿੱਚ ਪ੍ਰੀਤਪਾਲ ਨੂੰ ਖਨੌਰੀ ਬਾਰਡਰ ਤੇ ਲਿਜਾਇਆ ਗਿਆ ਪ੍ਰੀਤਪਾਲ ਨੇ ਕੀ ਕੁਝ ਆਪਣੇ ਬਿਆਨ ਦਰਜ ਕਰਵਾਏ ਨੇ ਇਸ ਦੀ ਹਾਲੇ ਸਾਨੂੰ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਜਦੋਂ ਪ੍ਰੀਤਪਾਲ ਪੀਜੀਆਈ ਦੇ ਵਿੱਚੋਂ ਛੁੱਟੀ ਤੇ ਬਾਹਰ ਆਇਆ ਸੀ ਡਿਸਚਾਰਜ ਹੋਇਆ ਸੀ ਤਾਂ ਉਹਨੇ ਸਪਸ਼ਟ ਕਿਹਾ ਸੀ ਕਿ ਉਹਨੂੰ ਪਹਿਲਾਂ ਪੰਜਾਬ ਵਾਲੇ ਪਾਸੇ ਕੁੱਟਿਆ ਗਿਆ ਫਿਰ ਉਹਨੂੰ ਕਢੀਸ ਕੇ ਹਰਿਆਣੇ ਵਾਲੇ ਪਾਸੇ ਲਜਾਇਆ ਗਿਆ ਅੰਨ ਤਸ਼ੱਦਦ ਉਸਤੇ ਕੀਤਾ ਗਿਆ ਸੀ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਸੀਐਮ ਦੇ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦੀ ਮੰਗ ਕਰਨ ਵਾਲੀ ਇੱਕ ਹੋਰ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦਲੀਲਾਂ ਸੁਣ ਕੇ ਦਿੱਲੀ ਹਾਈ ਕੋਰਟ ਨੇ ਜ਼ੁਬਾਨੀ ਟਿੱਪਣੀ ਕਰਦਿਆਂ ਕਿਹਾ ਕਿ ਕਈ ਵਾਰੀ ਨਿੱਜੀ ਹਿੱਤਾਂ ਨੂੰ ਕੌਮੀ ਹਿੱਤਾਂ ਦੇ ਅਧੀਨ ਹੋਣਾ ਪੈਂਦਾ ਹੈ ਤਿਹਾਰ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਲੋਕਾਂ ਨੂੰ ਉਹਨਾਂ ਦਾ ਇੱਕ ਹੋਰ ਸੁਨੇਹਾ ਸੁਣਾਇਆ ਹੈ ਪਰ ਇਸ ਵਾਰ ਦੇ ਵੀਡੀਓ ਸੁਨੇਹੇ ਦੌਰਾਨ ਬਾਬਾ ਸਾਹਿਬ ਬੀ ਆਰ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ ਕੇਜਰੀਵਾਲ ਦੀ ਤਸਵੀਰ ਪੈਰਲਲ ਲਗਾ ਕੇ ਆਮ ਆਦਮੀ ਪਾਰਟੀ ਕਸੂਤੀ ਵੀ ਫਸ ਗਈ ਹੈ ਸੁਨੀਤਾ ਕੇਜਰੀਵਾਲ ਦੇ ਪਿੱਛੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਇਬਰ ਡਾਕਟਰ ਬੀ ਆਰ ਅੰਬੇਡਕਰ ਦੀ ਫੋਟੋ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਪਿੱਛੇ ਕੈਦ ਵਾਲੀ ਫੋਟੋ ਲੱਗੀ ਸੀ ਇਸ ਤੇ ਅਕਾਲੀ ਦਲ ਤੇ ਕਾਂਗਰਸ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਪਾਸੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਭਗਤ ਸਿੰਘ ਦੂਸਰੇ ਪਾਸੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਬੀ ਆਰ ਅੰਬੇਡਕਰ ਦੀ ਤਸਵੀਰ ਦੋਵਾਂ ਮਹਾਨ ਸ਼ਖਸੀਅਤਾਂ ਸ਼ਰਾਬ ਘਟਾਲੇ ਦੇ ਵਿੱਚ ਫਸੇ ਹੋਏ ਤੇ ਹਾਰ ਜੇਲ੍ਹ ਦੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਣਾ ਸ਼ਹੀਦ ਆਜ਼ਮ ਤੇ ਬਾਬਾ ਸਾਹਿਬ ਦਾ ਅਨਾਦਰ ਹੈ ਕੇਜਰੀਵਾਲ ਦੀ ਪਤਨੀ ਨੇ ਕਹਿੰਦੇ ਇਹ ਦਰਸਾ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਇੱਕ ਹੰਕਾਰੀ ਇਨਸਾਨ ਨੇ ਇਸ ਵੱੱਜਰ ਗੁਨਾਹ ਦੇ ਲਈ ਆਮ ਆਦਮੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਲਿਖਿਆ ਹੈ ਕਿ ਕੀ ਕੇਜਰੀਵਾਲ ਦੇਸ਼ ਦੀ ਆਜ਼ਾਦੀ ਲਈ ਜੇਲ੍ਹ ਗਏ ਸੀ ਜਿਵੇਂ ਸੀ ਭਗਤ ਸਿੰਘ ਗਏ ਸਨ ਜਾਂ ਉਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਪਰ ਜਿਸ ਤਰ੍ਹਾਂ ਨਾਲ ਉਹਨਾਂ ਦੀ ਪਤਨੀ ਕੇਜਰੀਵਾਲ ਦੀ ਫੋਟੋ ਦੋ ਮਹਾਨ ਲੋਕਾਂ ਦੇ ਵਿਚਾਲੇ ਲਾ ਕੇ ਬੈਠੀ ਉਹ ਵੱਡਾ ਨਰਾਦਰ ਹੈ ਕਹਿੰਦੇ ਮੈਂ ਮਿਸਿਸ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਕਿ ਫੌਰੀਂ ਪ੍ਰਸ਼ਟ ਕੇਜਰੀਵਾਲ ਦੀ ਤਸਵੀਰ ਹਟਾਏ ਦਰਅਸਲ ਸੁਨੀਤਾ ਕੇਜਰੀਵਾਲ ਨੇ ਆਪਣੇ ਪਤੀ ਅਰਵਿੰਦ ਕੇਜਰੀਵਾਲ ਦਾ ਮੈਸੇਜ ਪੜ੍ਹ ਕੇ ਸੁਣਾਇਆ ਕਿ ਹਾਂ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਨੇ ਦਿੱਲੀ ਦੇ 2 ਕਰੋੜ ਲੋਕ ਉਹਨਾਂ ਦਾ ਪਰਿਵਾਰ ਨੇ ਕਹਿੰਦੇ ਕੇਜਰੀਵਾਲ ਨੇ ਕਿਹਾ ਕਿ ਮੇਰੇ ਕਿਸੇ ਵੀ ਦਿੱਲੀ ਵਾਸੀ ਨੂੰ ਇਸ ਕਰਕੇ ਤਕਲੀਫ ਨਹੀਂ ਹੋਣੀ ਚਾਹੀਦੀ ਕਿ ਮੈਂ ਜੇਲ੍ਹ ਦੇ ਵਿੱਚ ਹਰ ਵਿਧਾਇਕ ਨੂੰ ਇਲਾਕੇ ਦਾ ਦੌਰਾ ਕਰਨਾ ਚਾਹੀਦਾ ਹੈ ਆਪਕੀ ਕੇਜਰੀਵਾਲ ਜੀ ਨੇ ਸਭੀ ਵਿਧਾਇਕੋ ਕੇ ਲਈ ਜੇਲ੍ਹ ਸੇ ਸੰਦੇਸ਼ ਭੇਜਿਆ ਹੈ ਮੈਂ ਜੇਲ੍ਹ ਮੇ ਹੂੰ ਇਸ ਵਜਹ ਸੇ मेरे किसी दिल्ली वासी को किसी तरह की तकलीफ़ नहीं होनी चाहिए हर विधायक इलाके का रोज दौरा करे और लोगों से पूछे कि उन्हें कोई दिक्कत तो नहीं हो रही जिसको जो समस्या हो उसे दूर करे और मैं केवल सरकारी विभागों की समस्याओं का समाधान करने की बात नहीं कर रहा हमें लोगों की बाकी समस्याओं का समाधान करने की भी कोशिश करनी है दिल्ली के दो करोड़ लोग मेरा परिवार हैं मेरे परिवार में कोई किसी वजह से भी दुखी नहीं होना चाहिए ਭਗਵਾਨ ਸਭ ਦਾ ਭਲਾ ਕਰੇ ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਬੁੱਧਵਾਰ ਨੂੰ ਤਿਹਾਰ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਪਣੀ ਪਾਰਟੀ ਦੇ ਦਫ਼ਤਰ ਪਹੁੰਚੇ ਉੱਥੇ ਉਹਨਾਂ ਨੇ ਆਪ ਵਰਕਰਾਂ ਨੂੰ ਸੰਬੋਧਨ ਕੀਤਾ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦਿਆਂ ਭਾਜਪਾ ਸਰਕਾਰ ਤੇ ਵੀ ਤਿੱਖੇ ਹਮਲੇ ਕੀਤੇ ਕਹਿੰਦੇ ਜੇ ਮੁਹਾਲੀ ਦਾ ਕੋਈ ਇਨਸਪੈਕਟਰ ਜਾਂਚ ਲਈ ਸੱਮਨ ਲੈ ਕੇ ਪੀਐਮ ਮੋਦੀ ਜਾਂ ਅਮਿਤ ਸ਼ਾਹ ਦੇ ਘਰ ਪਹੁੰਚਦਾ ਤਾਂ ਉਹ ਕੀ ਕਰੇਗਾ ਕਿ ਪੀਐਮ ਮੋਦੀ ਨੂੰ ਕਾਨੂੰਨ ਤਹਿਤ ਕੋਈ ਛੋਟ ਹੈ

दो मुकदमा हम लिखवा रहे हैं किसी राज्य में चाहे वो हैदराबाद में चाहे वो मोहाली में चाहे रोपड़ में चाहे बंगाल में चाहे तमिलनाडु में जाकर मोदी जी पूछताछ में शामिल हो संजय सिंह ने भी कहा कि जे मेरी आवाज देश के दे, ताना तक पहुंच रही है तो मैं कहूंगा असी लहर चो पैदा हुए लोग हाँ असी किसी बंदर के हमले तो नहीं डरते असी उन्होंने लोगों तबाह करने की कोशिश नहीं करते दे, जो देश ले काम करते दे, हैं देश के ताना साह को अगर मेरी आवाज सुनाई दे रही है तो मैं बताना चाहता हूँ मैं बताना चाहता हूँ ये आम आदमी पार्टी है हम आंदोलन की कोख से पैदा हुए हैं, तुम्हारे किसी बंदर घुड़की से डरने वाले नहीं हैं। ਕਮਾਰੇ ਕਿਸੇ ਬੰਦਰ ਘੁੜ ਕੀ ਡਰਦੇ ਵਾਲੇ ਨਹੀਂ ਹੈ ਜਲੰਧਰ ਨੂੰ ਕਾਂਗਰਸ ਦੇ ਗੜ ਵਜੋਂ ਜਾਣਿਆ ਜਾਂਦਾ ਪਰ ਹੁਣ ਇਸ ਸੀਟ ਨੂੰ ਲੈ ਕੇ ਕਾਂਗਰਸ ਦੇ ਅੰਦਰ ਕਸ਼ਮਕਸ਼ ਚੱਲ ਰਹੀ ਹੈ ਕਿਉਂਕਿ ਜਲੰਧਰ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਦੇ ਚਾਰ ਉਮੀਦਵਾਰਾਂ ਨੇ ਆਪਣੀ ਦਾਵੇਦਾਰੀ ਪੇਸ਼ ਕਰ ਦਿੱਤੀ ਹੈ ਇੱਕ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਜਲੰਧਰ ਤੋਂ ਲੰਬਾ ਸਮਾਂ ਸੰਸਦ ਮੈਂਬਰ ਰਹੇ ਸਵਰਗਵਾਸੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਸਾਬਕਾ ਐਸਪੀ ਮਹਿੰਦਰ ਸਿੰਘ ਕੇਪੀ ਦਾ ਨਾਮ ਵੀ ਤੇ ਹੁਣ ਚੌਥਾ ਨਾਮ ਆ ਗਿਆ ਪੰਜਾਬ ਪੁਲਿਸ ਦੀ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ਇਹਨਾਂ ਨੇ ਵੀ ਆਪਣਾ ਦਾਵਾ ਪੇਸ਼ ਕੀਤਾ ਹੈ ਤੇ ਇਹਨਾਂ ਚਾਰਾਂ ਦੇ ਵਿੱਚੋਂ ਚੰਨੀ ਅਤੇ ਚੌਧਰੀ ਪਰਿਵਾਰਾਂ ਦੇ ਨਾਂ ਦੀ ਹੀ ਸਭ ਤੋਂ ਵੱਧ ਚਰਚਾ ਹੈ ਦੇਖੋ ਕਾਂਗਰਸ ਹਾਈਕਮਾਨ ਕੀ ਫੈਸਲਾ ਲੈਂਦੀ ਹੈ ਕਹਿੰਦੇ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਕਾਂਗਰਸ ਦੀ ਸੂਚੀ ਆ ਸਕਦੀ ਹੈ 32 ਦੰਦਾਂ ਦਾ ਹਵਾਲਾ ਦਿੰਦੇ ਹੋਏ 13 ਲੋਕ ਸਭਾ ਸੀਟਾਂ ਦੇ ਕਬਜ਼ਾ ਕਰਨ ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਸਿਆਸੀ ਮਿਸ਼ਨ ਤੇ ਲੱਗੇ ਹੋਏ ਨੇ ਉਹਨਾਂ ਨੇ ਸ਼੍ਰੀ ਫਤੇਗੜ ਸਾਹਿਬ ਦੀ ਸੀਟ ਜਿੱਤਣ ਦੇ ਲਈ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਸਥਾਨਕ ਵਿਧਾਇਕਾਂ ਨਾਲ ਮਿਲ ਕੇ ਰਣਨੀਤੀ ਤਿਆਰ ਕੀਤੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਵੀ ਉਹਨਾਂ ਦੇ ਨਾਲ ਸਨ 201 ਤੋਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ ਇਸ ਸੀਟ ਤੋਂ ਪਾਰਟੀ ਨੂੰ ਕਾਫੀ ਉਮੀਦਾਂ ਨੇ ਭਗਵੰਤ ਮਾਨ ਨੇ ਬੀਤੇ ਦਿਨੀ ਸੰਗਰੂਰ ਵਿੱਚ ਪਾਰਟੀ ਦੇ ਉਮੀਦਵਾਰ ਮੀਤੇਰ ਦੇ ਨਾਲ ਮਿਲ ਕੇ ਵੀ ਰਣਨੀਤੀ ਤਿਆਰ ਕੀਤੀ ਸੀ ਪਟਿਆਲਾ ਦੇ ਵਿੱਚ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਨਾਲ ਮੀਟਿੰਗ ਕਰਕੇ ਚੋਣ ਮਹਿੰਮ ਦਾ ਆਗਾਜ਼ ਵੀ ਕੀਤਾ ਸੀ ਤੇ ਜਿਹੜੀ ਅੱਜ ਵਾਲੀ ਮੀਟਿੰਗ ਹੈ ਉਹਨਾਂ ਦੀ ਚੰਡੀਗੜ੍ਹ ਸਤਿ ਰਹਾਇਸ਼ ਤੇ ਹੋਈ ਇਸ ਦੌਰਾਨ ਸੀਐਮ ਨੇ ਉਹਨਾਂ ਤੋਂ ਹਲਕੇ ਦੇ ਹਾਲਾਤਾਂ ਬਾਰੇ ਫੀਡਬੈਕ ਲਿਆ ਮੀਟਿੰਗ ਦੌਰਾਨ ਆਉਂਦੀਆਂ ਲੋਕ ਸਭਾ ਚੋਣ ਪ੍ਰਚਾਰ ਦੀ ਰਣਨੀਤੀ ਹੈ ਜਿਹੜੀ ਉਹ ਬਣਾਈ ਗਈ ਤੇ ਸਾਰੇ ਵਿਧਾਇਕਾਂ ਨੂੰ ਸੀਐਮ ਨੇ ਪਾਰਟੀ ਵੱਲੋਂ ਕੀਤੇ ਕ ਕਾ ਤੱਕ ਪਹੁੰਚਾਉਣ ਦੇ ਹੁਕਮ ਦਿੱਤੇ ਨੇ ਮਾਨ ਨੇ ਕਿਹਾ ਕਿ ਵੱਡੇ ਪ੍ਰੋਗਰਾਮਾਂ ਦੀ ਥਾਂ ਪਿੰਡਾਂ ਦੇ ਵਿੱਚ ਛੋਟੇ-ਛੋਟੇ ਪ੍ਰੋਗਰਾਮ ਕਰਕੇ ਲੋਕਾਂ ਨਾਲ ਜੁੜੋ ਸਰਕਾਰੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸੀਆਂ ਜਾਣ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹਾਂਸ ਰਾਜ ਹਾਂਸ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਵੀ ਕਰ ਦਿੱਤਾ ਹੈ ਸਭ ਤੋਂ ਪਹਿਲਾਂ 12ਵੀਂ ਸਦੀ ਦੇ ਮਹਾਨ ਸੂਫੀ ਬਾਬਾ ਸ਼ੇਖ ਫਰੀਦ ਦੇ ਟਿੱਲੇ ਤੇ ਮੱਥਾ ਟੇਕਣ ਪਹੁੰਚੇ ਫਿਰ ਦੇਵੀਦਵਾਰ ਮੰਦਿਰ ਗਏ ਹਾਂਸ ਨੂੰ ਜਦੋਂ ਪੁੱਛਿਆ ਗਿਆ ਕਿ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ 2019 ਦੇ ਵਿੱਚ ਪੱਛਮੀ ਦਿੱਲੀ ਦੀ ਲੋਕ ਸਭਾ ਸੀਟ ਤੇ ਚੋਣ ਲੜਿਆ ਸੀ ਤਾਂ ਸਿੰਘੂ ਸਰਹੱਦ ਉਹਨਾਂ ਦੇ ਹਲਕੇ ਦਾ ਹਿੱਸਾ ਸੀ ਕਿਸਾਨ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਪਹੁੰਚੇ ਸਨ ਤਾਂ ਮੈਂ ਉਹਨਾਂ ਨੂੰ ਸਮਝਾਇਆ ਸੀ ਤੇ ਕਹਿੰਦੇ ਉਹ ਮੰਨ ਵੀ ਗਏ ਸੀ ਪਾਵੇਗਾ ਤਾਂ ਮੈਂ ਉਹਦੇ ਨਾਲ ਆਰਾਮ ਨਾਲ ਬਹਿ ਕੇ ਵਿਚਾਰ ਕਰਾਂਗਾ ਸਿੰਗੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਬੈਰੀ ਕੌਨਸਿਸਟੈਂਸੀ ਸੀ ਭਾਵੇਂ ਮੈਨੂੰ ਝੜਕਾ ਮਾਰਨ ਜੋ ਮਰਜ਼ੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਲਾ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨੇ ਕਹਿੰਦੇ ਜਿਹੜਾ ਆਕਰਚ ਰਵੇ ਉਹਦੀ ਆਕਰ ਭਰਨਾ ਜਾਣਦੇ ਆ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ मियां ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਗ੍ਰੰਥਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਲਤਬਸਤਕ ਹੋਇਆ ਮੈਂ ਔਰ ਕੋਈ ਵੀ ਮੇਰੇ ਲਈ ਅਰਦਾਸ ਕਰਨਾ